दसे बंदे कोई मोबाइल फोन नहीं लेके जावांगे। आम नॉर्मली हुंदा भी मोबाइल फोन तो ट्रेस कर लिया, साड़ी ह्यूमन इंटेलिजेंस है। तौर ते मोटे तौर ते कहा सी एक तारी छापल जो जिन्ना मोटे तौर ते वंडिया गया वंड लो। जदों दसे मुलजम काबू हो जाएंगे पिक्चर साफ हो जूगी। 5 करोड़ इत्थे आ गया। क्रिमिनल बड़ा चुस्त सोचता आपदे आप नूं, ऐसकी इन्होंने प्लान कर लिया दसे दे दसे बंदे कोई मोबाइल फोन नहीं लेके जावांगे। ते एंड तुहानूं दस्सां शेयर करांगे किसे बंदे ने, आम नॉर्मली हुंदा भी मोबाइल फोन तो ट्रेस कर लिया, साडी ह्यूमन इंटैलीजेंस है, साडी काउंटर इंटैलीजेंस है, साडी स्टेट इंटैलीजेंस है, डीजी इंटैलीजेंस, डी स्पैशल डीजी जिहड़े अपने हैगे काउंटर इंटैलीजेंस, डीजी पंजाब, इन्हां सारिआं दी सानूं सपोर्ट सी, साडे फुट सोल्जर। ਤੁਸੀਂ ਇਹ ਹੈਰਾਨ ਹੋਵੋਗੇ ਉਸ ਰੂਟ ਦੇ ਵਿੱਚ ਕਿੰਨੇ ਵਾਰੀ, ਮੇਰੀ ਗੱਲ ਨੂੰ ਛੱਡੋ ਮੈਂ ਕਿੰਨੇ ਵਾਰੀ 3 ਵਾਰੀ ਗਿਆ ਜਾਂ 4 ਵਾਰੀ ਗਿਆ, ਕਿੰਨੇ ਸਾਡੇ ਉਸ ਰੂਟ ਤੋਂ ਉਹਦੇ ਨੇੜਲੇ ਪਿੰਡ ਦੇ ਰੂਟਾਂ ਤੋਂ ਪੈਦਲ ਚੱਲ ਚੱਲ ਕੇ ਸਾਡੇ ਅਫਸਰਾਂ ਨੇ ਮੋਟਰਸਾਈਕਲਾਂ 'ਤੇ ਬੈਠ ਕੇ ਸਿਵਲ ਅਫਸਰ ਨੇ ਉਹ ਕਰ ਲਿਆ। ਇਹਨਾਂ ਨੇ ਕੈਸ਼ ਜਿਹੜਾ ਸਭ ਤੋਂ ਜ਼ਿਆਦਾ ਲਿਜਾ ਕੇ, ਪਹਿਲਾਂ ਇਹਨਾਂ ਨੇ ਆਪਦੇ ਤੌਰ 'ਤੇ ਮੋਟੇ ਤੌਰ 'ਤੇ ਕਿਹਾ ਸੀ ਇੱਕ ਵਾਰੀ ਛਾਪਲ ਜੋ ਜਿੰਨਾ ਮੋਟੇ ਤੌਰ 'ਤੇ ਵੰਡਿਆ ਗਿਆ ਵੰਡ ਲਓ। ਪਹਿਲਾਂ ਇਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ, ਇੱਕ ਥਾਂ 'ਤੇ ਲੁਕੋਤਾ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਵੀ ਫਿਰ ਆਪਦੇ ਵਿੱਚੋਂ ਵਾਰੀ ਵਾਰੀ ਕਰਕੇ ਕੁਛ ਪਹਿਲਾਂ ਵੰਡਤਾ ਸੀਗਾ, ਕੁਛ ਕਰਤਾ ਸੀ, ਕੁਛ ਪਿਕਚਰ ਜਿਹੜੇ ਕ੍ਰਿਮੀਨਲ ਮਿਸਲੀਡ ਕਰਨ ਦੀ ਕੋਸ਼ਿਸ਼ ਵੀ ਕਰਦੇ ਆ, ਕਹਾਣੀ ਵੀ ਘੜਦੇ ਆ ਵੀ ਮੇਰਾ ਇਹਨੂੰ ਇੰਨਾ ਫੜਾਤਾ ਜੀ, ਮੇਰੇ ਇਹਨੂੰ ਫੜਾਤਾ। ਪਰ ਜਦੋਂ ਦਸੇ ਮੁਲਜ਼ਮ ਕਾਬੂ ਹੋ ਜਾਣਗੇ ਪਿਕਚਰ ਸਾਫ਼ ਹੋ ਜੂਗੀ। 5 ਕਰੋੜ ਇੱਥੇ ਆ ਗਿਆ। 6ਵਾਂ ਅਕਿਊਜ਼ ਅਸੀਂ ਫੜ ਲਿਆ ਤੁਹਾਡੇ, ਦੇਖੋ ਆ ਪਿਛਲੇ 15 ਮਿੰਟਾਂ ਦੇ ਵਿੱਚ ਹੀ ਤੁਹਾਨੂੰ ਇਹ ਦੱਸਤਾ ਵੀ 6ਵਾਂ ਅਕਿਊਜ਼ ਫੜ ਲਿਆ, ਬਾਕੀ ਜਿੱਥੇ ਮਰਜ਼ੀ ਭੱਜ ਲੈਣ, LOC ਜਾਰੀ ਕਰਾ ਦਿੱਤੀਆਂ ਉਹਨਾਂ ਦੀਆਂ, ਜਿਹੜੀ ਉਹ ਦੋਵੇਂ ਲੜਕੀ ਅਤੇ ਉਹਦਾ ਹਸਬੈਂਡ ਵੀ, ਉਹਦਾ ਜਿਹੜਾ ਹੈਗਾ ਉਹ ਇਹਦੇ ਵਿੱਚ ਇਨਵੋਲਵਡ ਹੈ, ਲੜਕੀ ਅਤੇ ਹਸਬੈਂਡ ਦੋਨਾਂ ਨੂੰ ਅਸੀਂ ਉਹਦੀਆਂ ਜਿਹੜੀਆਂ ਉਹਦੀਆਂ LOC ਜਾਰੀ ਜਿਹੜੀਆਂ ਕਰਤੀਆਂ ਅਤੇ ਉਹ ਅਸੀਂ ਉਹਨਾਂ ਨੂੰ ਫੜ ਲਾਂਗੇ। ਤੁਹਾਡਾ ਕੋਈ ਸਵਾਲ ਹੈ ਬਾਈ? ਨਹੀਂ, ਇਹ ਪਿਛਲੇ 4-5 ਮਹੀਨਿਆਂ ਤੋਂ ਕਰ ਰਹੇ ਸੀ। ਸਭ ਤੋਂ ਜਿਹੜਾ ਮੁੱਖ ਤਾਂ ਜਿਹੜਾ ਸੂਤਰਧਾਰ ਹੈ ਉਹ ਜਿਹੜਾ ਮਨਜਿੰਦਰ ਮਣੀ ਤੇ ਮਨਦੀਪ ਹੈ ਜਿਹੜੀ ਉਹ ਆਪਸੀ ਦੋਸਤੀ ਹੋ ਗਈ, ਫਰੈਂਡਸ਼ਿਪ ਦੇ ਵਿੱਚੋਂ ਕਰਦੇ ਕਰਦਿਆਂ ਅੱਗੇ ਇਸ ਗੱਲ ਨੂੰ ਇਹ ਇੱਕ ਗੈਂਗ ਬਣਾ ਲਿਆ। ਪਹਿਲਾਂ ਫਿਰ ਇਹਨੇ ਕਿਹਾ ਵੀ 5 ਬੰਦੇ ਮੈਂ ਲੈ ਕੇ ਆਉਣਾ, 5 ਤੂੰ ਲੈ ਕੇ ਆਈ, ਅਸੀਂ ਕਾਰ 'ਤੇ ਆਵਾਂਗੇ, ਤੁਸੀਂ ਮੋਟਰਸਾਈਕਲ 'ਤੇ ਆਵਾਂਗੇ। ਅਤੇ ਫਿਰ ਉਹਦੇ ਵਿੱਚ ਆ ਕੇ ਫਿਰ ਇਹ ਕਾਰ ਡਰੋਪ ਕਰਕੇ 10 ਨੂੰ ਅਤੇ ਮੋਟਰਸਾਈਕਲ ਵਾਪਸ ਚਲੇ ਗਏ। ਫਿਰ ਇਹ ਐਂਟਰ ਹੋਏ, ਐਂਟਰ ਹੋਣ ਤੋਂ ਬਾਅਦ ਇੱਕ ਜਿਹੜੀ ਵੈਨ ਚਲਾ ਕੇ ਲੈ ਕੇ ਗਿਆ ਉਹ ਮਨਜਿੰਦਰ ਮਣੀ ਨੇ ਚਲਾਈ ਆਪ ਵੈਨ। ਆ ਸਾਨੂੰ ਇਹ ਸੀ ਨਾ ਫਲਿੱਕਰ ਕਿਹਨੇ ਔਨ ਕਰਤਾ, ਜਿੰਨਾ ਚਿਕਰ ਜਿਹੜਾ ਕਿ ਫਲਿੱਕਰ ਜਿਹੜਾ ਔਨ ਕਰਦੇ ਜਾਂਦਾ ਇਹਦੀ ਸੁੱਚ ਵੱਖਰੇ ਤੌਰ 'ਤੇ ਲੱਗੀ ਹੋਈ ਹੈ, ਸਾਡਾ ਸਸਪੀਸ਼ਨ ਸੀ ਕੰਪਨੀ 'ਤੇ। ਵਾਰ ਵਾਰ ਉਦੋਂ ਦੇ ਰੈਗੂਲਰ 2 ਅਫਸਰ ਸਾਡੇ ਕੰਪਨੀ ਦੇ ਵਿੱਚ ਦਿਨੇ ਅਤੇ ਰਾਤ ਇਹਨਾਂ ਦੇ ਬੰਦਿਆਂ ਨਾਲ, 125 ਬੰਦੇ ਦਾ ਫੁੱਟਫਾਲ ਹੈ ਉਹਦੇ ਵਿੱਚ ਬੈਠ ਰਹੇ ਸੀ, ਉਹਦੇ ਵਿੱਚ ਰਾਤ ਵੀ ਰਹਿ ਰਹੇ ਸੀ, ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਵੀ ਜਿਹੜਾ ਕਿ ਇਹਨਾਂ ਨੂੰ ਸਾਨੂੰ ਪਤਾ ਲੱਗ ਜਾਏ ਵੀ ਜਿਹੜੇ ਫਲਿੱਕਰ ਦੀ ਲਾਈਟ ਆ ਜਗਾਉਣੀ ਉਹ ਜਾਣਕਾਰ ਤੋਂ ਬਿਨਾਂ ਜਿਹਨੇ ਵੈਨ ਨਾ ਚਲਾਈ ਹੋਵੇ ਉਹ ਨਹੀਂ ਹੁੰਦਾ। ਅਤੇ ਸਾਡਾ ਸ਼ੱਕ ਜਿਹੜੀ ਲੰਕਾ ਹਮੇਸ਼ਾ ਘਰ ਦਾ ਪੇਤੀ ਢਾਉਂ